ਹਾਂਜੀ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕਰੀਕੁਲਮ। ਕਰੀਕੁਲਮ ਕੀ ਹੁੰਦਾ ਹੈ, ਪਾਠਕ੍ਰਮ ਕੀ ਹੁੰਦਾ ਹੈ, ਪਹਿਲਾਂ ਇਹਦਾ ਮੀਨਿੰਗ ਕਰਾਂਗੇ। ਦ ਟਰਮ ਕਰੀਕੁਲਮ ਰੈਫਰਸ ਟੂ ਅ ਕੰਪਰੀਹੈਂਸਿਵ ਪਲਾਨ ਦੈਟ ਆਊਟਲਾਈਨ ਦ ਐਜੂਕੇਸ਼ਨਲ ਕੰਟੈਂਟ, ਗੋਲਸ, ਮੈਥਡਸ ਐਂਡ ਅਸੈਸਮੈਂਟ ਸਟ੍ਰੈਟਜੀਜ਼ ਫਾਰ ਅ ਪਰਟੀਕੁਲਰ ਕੋਰਸ ਆਫ ਸਟੱਡੀ ਪ੍ਰੋਗਰਾਮ ਔਰ ਐਜੂਕੇਸ਼ਨਲ ਸਿਸਟਮ। ਕਿਸੇ ਵੀ ਵਿੱਦਿਅਕ ਪ੍ਰੋਗਰਾਮ ਦਾ, ਕਿਸੇ ਵੀ ਪਰਟੀਕੁਲਰ ਕੋਰਸ ਦਾ ਜਿਹੜਾ ਗੋਲਸ ਬਾਰੇ, ਉਹਨਾਂ ਦੇ ਉਦੇਸ਼ਾਂ ਬਾਰੇ, ਪੜ੍ਹਾਉਣ ਦੇ ਤਰੀਕਿਆਂ ਬਾਰੇ, ਸਬਜੈਕਟ ਮੈਟਰ ਬਾਰੇ ਜਾਂ ਇਵੈਲੂਏਸ਼ਨ ਦੇ ਢੰਗਾਂ ਬਾਰੇ ਪਲਾਨ ਹੁੰਦਾ ਹੈ ਜਾਂ ਆਊਟਲਾਈਨ ਹੁੰਦੀ ਆ, ਉਸ ਨੂੰ ਕਰੀਕੁਲਮ ਬੋਲਦੇ ਨੇ। ਇਟ ਇਜ਼ ਡਾਇਨਾਮਿਕ ਕਨਸੈਪਟ ਦੈਟ ਐਨਕੰਪਾਸ ਨੋਟ ਓਨਲੀ ਵਟ ਇਜ਼ ਟਾਟ ਬਟ ਆਲਸੋ ਹਾਓ ਇਟ ਇਜ਼ ਟਾਟ। ਇਹ ਸਿਰਫ ਇਸ ਲਈ ਨਹੀਂ ਹੁੰਦਾ ਕਿ ਕੀ ਪੜ੍ਹਾਇਆ ਜਾਣਾ ਹੈ, ਇਹ ਡਾਇਨਾਮਿਕ ਕਨਸੈਪਟ ਆ, ਮੀਨਸ ਗਤੀਸ਼ੀਲ ਕਨਸੈਪਟ ਆ, ਜਿਹਦੇ ਵਿੱਚ ਕੀ ਪੜ੍ਹਾਇਆ ਜਾਣਾ ਤਾਂ ਹੁੰਦਾ ਹੀ ਹੈ, ਕਿਵੇਂ ਪੜ੍ਹਾਇਆ ਜਾਣਾ ਵੀ ਦੱਸਿਆ ਜਾਂਦਾ ਹੈ ਅਤੇ ਇਵੈਲੂਏਟ ਕਿਵੇਂ ਕੀਤਾ ਜਾਣਾ ਹੈ ਇਹ ਵੀ ਦੱਸਿਆ ਜਾਂਦਾ ਹੈ। ਦਾ ਕਰੀਕੁਲਮ ਸਰਵਸ ਐਜ਼ ਰੋਡ ਮੈਪ ਫਾਰ ਐਜੂਕੇਟਰਸ ਪ੍ਰੋਵਾਈਡਿੰਗ ਗਾਈਡੈਂਸ ਔਨ ਵਟ ਸਟੂਡੈਂਟਸ ਸ਼ੁੱਡ ਲਰਨ ਐਂਡ ਹਾਓ ਦੇਅਰ ਲਰਨਿੰਗ ਵਿਲ ਬੀ ਫੈਸਿਲੀਟੇਟਡ। ਤਾਂ ਇਹ ਜਿਹੜਾ ਬਹੁਤ ਹੀ ਮਹੱਤਵਪੂਰਨ ਕੰਸੈਪਟ ਆ, ਇੱਕ ਜਿਹੜਾ ਕਰੀਕੁਲਮ ਆ, ਇੱਕ ਰੋਡ ਮੈਪ ਆ ਐਜੂਕੇਟਰਸ ਲਈ, ਜਿਹੜਾ ਉਹਨਾਂ ਨੂੰ ਗਾਈਡੈਂਸ ਦਿੰਦਾ ਹੈ ਕਿ ਸਟੂਡੈਂਟ ਨੇ ਜਿਹੜੇ ਉਹ ਕਿਵੇਂ ਲਰਨ ਕਰ ਸਕਦੇ ਨੇ ਅਤੇ ਉਹਨਾਂ ਦੀ ਲਰਨਿੰਗ ਆ ਜਿਹੜੀ ਉਹ ਕਿਵੇਂ ਪ੍ਰਭਾਵਸ਼ਾਲੀ ਹੋ ਸਕਦੀ ਹੈ। ਹੁਣ ਅੱਗੇ ਦੀਆਂ ਕਰੈਕਟਰਿਸਟਿਕਸ ਕਰਾਂਗੇ, ਇੱਕ ਚੰਗਾ ਜਿਹੜਾ ਪਾਠਕ੍ਰਮ ਆ ਉਸ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਇਹਦੇ ਵਿੱਚ ਨੰਬਰ 1 ਤੇ ਆਊਗਾ ਪਰਪਸਫੁੱਲ ਐਂਡ ਗੋਲ ਓਰੀਐਂਟਡ। ਤਾਂ ਗੁੱਡ ਕਰੀਕੁਲਮ ਆ ਜਿਹੜਾ, ਇਫੈਕਟਿਵ ਕਰੀਕੁਲਮ ਆ ਜਿਹੜਾ, ਸਭ ਤੋਂ ਪਹਿਲੀ ਵਿਸ਼ੇਸ਼ਤਾ ਉਹਦੀ ਹੈਗੀ ਆ ਕਿ ਇਹ ਮੀਨਿੰਗਫੁੱਲ ਹੋਣਾ ਚਾਹੀਦਾ, ਇਸ ਦਾ ਉਦੇਸ਼ ਹੋਣਾ ਚਾਹੀਦਾ ਅਤੇ ਇਸ ਦੇ ਜਿਹੜੇ ਨੇ ਜੋ ਵੀ ਇਸ ਦੇ ਵਿੱਚ ਸ਼ਾਮਿਲ ਆ ਉਹ ਚੰਗੀ ਤਰ੍ਹਾਂ ਸਪੈਸੀਫਿਕਲੀ ਡਿਜ਼ਾਈਨ ਕੀਤਾ ਹੋਣਾ ਚਾਹੀਦਾ ਹੈ। ਆ ਕਰੀਕੁਲਮ ਇਜ਼ ਡਿਜ਼ਾਈਨਡ ਵਿਦ ਸਪੈਸੀਫਿਕ ਐਜੂਕੇਸ਼ਨਲ ਓਬਜੈਕਟਿਵਸ ਐਂਡ ਗੋਲਸ ਇਨ ਮਾਇੰਡ। ਜ਼ਰੂਰਤ ਦੇ ਮੁਤਾਬਕ ਇਹਦੇ ਗੋਲ ਅਤੇ ਜਿਹੜੇ ਓਬਜੈਕਟਿਵ ਨੇ ਉਹ ਮਿੱਥੇ ਹੋਏ ਹੋਣੇ ਚਾਹੀਦੇ ਨੇ। ਇਟ ਸਰਵਸ ਐਜ਼ ਆ ਰੋਡ ਮੈਪ ਟੂ ਅਚੀਵ ਡਿਜ਼ਾਇਰਡ ਲਰਨਿੰਗ ਆਊਟਕਮਸ। ਫਿਰ ਨੰਬਰ 2 ਤੇ ਹੈਗਾ ਡਾਇਨਾਮਿਕ ਐਂਡ ਇਵੋਲਵਿੰਗ। ਕਰੀਕੁਲਮ ਇਜ਼ ਨੋਟ ਸਟੈਟਿਕ, ਇਟ ਇਵੋਲਵਸ ਟੂ ਮੀਟ ਚੇਂਜਿੰਗ ਐਜੂਕੇਸ਼ਨਲ ਨੀਡਸ। ਇਹ ਡਾਇਨਾਮਿਕ ਹੁੰਦਾ ਹੈ, ਗਤੀਸ਼ੀਲ ਹੁੰਦਾ ਹੈ, ਸਖਤ ਨਹੀਂ ਹੁੰਦਾ ਕਿ ਜਿਹਨੂੰ ਚੇਂਜ ਨਾ ਕੀਤਾ ਜਾ ਸਕੇ। ਇਹ ਸਮੇਂ-ਸਮੇਂ ਨਾਲ ਵਿੱਦਿਅਕ ਜ਼ਰੂਰਤਾਂ, ਸੋਸਾਇਟੀ ਦੀ ਡਿਮਾਂਡ ਅਤੇ ਐਡਵਾਂਸਮੈਂਟ ਦੇ ਮੁਤਾਬਕ, ਐਡਵਾਂਸਮੈਂਟ ਜਿਹੜੀ ਨੌਲੇਜ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਆਉਂਦੀ ਉਹਦੇ ਮੁਤਾਬਕ ਇਸ ਨੂੰ ਬਦਲਿਆ ਜਾ ਸਕਦਾ ਹੈ। ਤਾਂ ਇਹਦੀ ਇਹ ਵੀ ਵਿਸ਼ੇਸ਼ਤਾ ਹੁੰਦੀ ਆ। ਕੰਪ੍ਰੀਹੈਂਸਿਵ ਸਕੋਪ ਹੁੰਦਾ ਹੈ ਕਰੀਕੁਲਮ ਦੀ। ਅਗਲੀ ਵਿਸ਼ੇਸ਼ਤਾ ਕੀ ਆ, ਇਟ ਐਨਕੰਪਾਸਿਸ ਵੇਰੀਅਸ ਐਲੀਮੈਂਟਸ ਇਨਕਲੂਡਿੰਗ ਕੰਟੈਂਟ, ਇੰਸਟਰਕਸ਼ਨਲ ਮੈਥਡਸ, ਅਸੈਸਮੈਂਟ ਸਟ੍ਰੈਟਜੀਜ਼, ਮਟੀਰੀਅਲਸ ਐਂਡ ਰਿਸੋਰਸਿਸ, ਪ੍ਰੋਵਾਈਡਿੰਗ ਅ ਹੋਲਿਸਟਿਕ ਫਰੇਮਵਰਕ ਫਾਰ ਐਜੂਕੇਸ਼ਨ। ਤਾਂ ਇਹਦੇ ਵਿੱਚ ਇੱਕ ਕੰਪ੍ਰੀਹੈਂਸਿਵ ਸਕੋਪ ਹੁੰਦਾ ਜਿਹਦੇ ਵਿੱਚ ਕੰਟੈਂਟ ਦੇ ਨਾਲ ਨਾਲ ਇੰਸਟਰਕਸ਼ਨਲ ਮੈਥਡਸ ਹੁੰਦੇ ਨੇ, ਜਿਹੜੇ ਅਸੈਸਮੈਂਟ ਦੀਆਂ ਸਟ੍ਰੈਟਜੀਜ਼ ਹੁੰਦੀਆਂ ਨੇ, ਮਟੀਰੀਅਲ ਹੁੰਦਾ ਹੈ,
ਤੇ ਰਿਸੋਰਸਿਸ ਹੁੰਦੇ ਨੇ ਜਿਹੜੇ ਇੱਕ ਇੱਕ ਐਜੂਕੇਸ਼ਨ ਇੱਕ ਫਰੇਮਵਰਕ ਪ੍ਰੋਵਾਈਡ ਕਰਦੇ ਨੇ ਕਿ ਐਜੂਕੇਸ਼ਨ ਦਾ ਚਿਹਰਾ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਊਗਾ। ਸਟਰਕਚਰਡ ਕੰਟੈਂਟ ਹੁੰਦਾ ਹੈ ਕਰੀਕੁਲਮ, ਸਪੈਸੀਫਿਕ ਦਾ ਕੰਟੈਂਟ ਟੂ ਬੀ ਕਵਰਡ, ਆਰਗੇਨਾਈਜ਼ਡ ਬਾਈ ਸਬਜੈਕਟ ਮੈਟਰ, ਥੀਮਸ ਔਰ ਸਕਿੱਲਸ। ਇਟ ਡਿਲਾਈਨੇਟਸ ਦਾ ਸਕੋਪ ਐਂਡ ਸੀਕੁਐਂਸ ਆਫ ਟੋਪਿਕਸ, ਤਾਂ ਸੀਕੁਐਂਸ ਵਾਈਜ਼ ਟੋਪਿਕਸ ਹੁੰਦੇ ਨੇ ਇਹਦੇ ਵਿੱਚ, ਸਬਜੈਕਟ ਮੈਟਰ ਔਰਗੇਨਾਈਜ਼ਡ ਢੰਗ ਨਾਲ ਕਵਰਡ ਕੀਤਾ ਹੋਇਆ ਹੁੰਦਾ ਹੈ। ਤਾਂ ਲਰਨਿੰਗ ਐਕਸਪੀਰੀਅੰਸ ਅਗਲੀ ਵਿਸ਼ੇਸ਼ਤਾ ਇਸ ਦੀ, ਕਰੀਕੁਲਮ ਇਨਕਲੂਡਸ ਪਲੈਨਡ ਲਰਨਿੰਗ ਐਕਸਪੀਰੀਅੰਸਿਸ ਦੈਟ ਅੰਗੇਜ ਸਟੂਡੈਂਟਸ ਇਨ ਅ ਵਰਾਇਟੀ ਆਫ ਐਕਟੀਵਿਟੀਜ਼ ਫਾਸਟਰਿੰਗ ਦੇਅਰ ਕਗਨੀਟਿਵ ਇਮੋਸ਼ਨਲ ਐਂਡ ਸੋਸ਼ਲ ਡਿਵੈਲਪਮੈਂਟ। ਲਰਨਿੰਗ ਐਕਸਪੀਰੀਅੰਸ ਮਿਲਦੇ ਨੇ, ਇਸ ਤਰ੍ਹਾਂ ਦਾ ਕਰੀਕੁਲਮ ਆ ਜਿਹੜਾ ਹੋਣਾ ਚਾਹੀਦਾ ਹੈ, ਜਾਂ ਗੁੱਡ ਕਰੀਕੁਲਮ ਆ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਕਗਨੀਟਿਵ ਇਮੋਸ਼ਨਲ ਅਤੇ ਸੋਸ਼ਲ ਲਰਨਿੰਗ ਐਕਸਪੀਰੀਅੰਸਿਸ ਮਿਲਦੇ ਨੇ। ਫਿਰ ਅਸੈਸਮੈਂਟ ਐਂਡ ਇਵੈਲੂਏਸ਼ਨ, ਗੁੱਡ ਕਰੀਕੁਲਮ ਦੇ ਵਿੱਚ ਅਸੈਸਮੈਂਟ ਐਂਡ ਇਵੈਲੂਏਸ਼ਨ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਇਟ ਇਨਕਾਰਪੋਰੇਟਸ ਮੈਥਡਸ ਟੂ ਅਸੈਸ ਸਟੂਡੈਂਟਸ ਲਰਨਿੰਗ, ਵੈਦਰ ਥਰੂ ਐਗਜ਼ਾਮਸ, ਪ੍ਰੋਜੈਕਟਸ, ਪ੍ਰੈਜੈਂਟੇਸ਼ਨਸ ਔਰ ਅਦਰ ਫੋਰਮਸ ਆਫ ਇਵੈਲੂਏਸ਼ਨ। ਅਸੈਸਮੈਂਟ ਇਜ਼ ਇੰਟੈਗਰਲ ਟੂ ਅੰਡਰਸਟੈਂਡਿੰਗ ਦਾ ਇਫੈਕਟਿਵਨੈਸ ਆਫ ਦਾ ਕਰੀਕੁਲਮ। ਹੁਣ ਕਰੀਕੁਲਮ ਜਿਹੜੇ ਰਸਤੇ ਚੱਲ ਰਿਹਾ ਉਹ ਰਸਤਾ ਸਹੀ ਆ ਜਾਂ ਗਲਤ ਆ, ਲਰਨਿੰਗ ਆਊਟਕਮਸ ਕਿਸ ਤਰ੍ਹਾਂ ਦੀਆਂ ਹੋ ਰਹੀਆਂ ਨੇ, ਤਾਂ ਇਹ ਸਾਰਾ ਕੁਝ ਅਸੈਸਮੈਂਟ ਅਤੇ ਇਵੈਲੂਏਸ਼ਨ ਦੇ ਮਾਧਿਅਮ ਨਾਲ ਅਸੀਂ ਦੇਖ ਸਕਦੇ ਹਾਂ। ਤਾਂ ਕਰੀਕੁਲਮ ਦੀ ਇਫੈਕਟਿਵਨੈਸ ਮਾਪਣ ਲਈ ਜਿਹੜਾ ਅਸੈਸਮੈਂਟ ਅਤੇ ਇਵੈਲੂਏਸ਼ਨ ਦੇ ਮਾਪਦੰਡ ਤੋਂ ਇਹ ਸਹੀ ਹੋਣਾ ਚਾਹੀਦਾ ਹੈ। ਫਿਰ ਨੈਕਸਟ ਇਹਦੀ ਵਿਸ਼ੇਸ਼ਤਾ ਹੈ ਫਲੈਕਸੀਬਿਲਿਟੀ। ਵਾਈਲ ਦੇਅਰ ਇਜ਼ ਅ ਪਲੈਨਡ ਸਟਰਕਚਰ, ਕਰੀਕੁਲਾ ਆਫਨ ਆਲੋ ਫਾਰ ਸਮ ਫਲੈਕਸੀਬਿਲਿਟੀ ਟੂ ਕੇਟਰ ਟੂ ਦਾ ਡਾਇਵਰਸ ਨੀਡਸ ਆਫ ਲਰਨਰਸ ਐਂਡ ਚੇਂਜਿੰਗ ਐਜੂਕੇਸ਼ਨਲ ਕੰਟੈਕਸਟ। ਤਾਂ ਇਹ ਜਿਹੜਾ ਫਲੈਕਸੀਬਿਲਿਟੀ ਜਿਹੜੀ ਇਸ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਆ, ਭਾਵੇਂ ਜਿਹੜਾ ਪਲਾਨਡ ਸਟਰਕਚਰ ਹੁੰਦਾ ਹੈ ਪਰ ਫਿਰ ਵੀ ਇਸ ਦੇ ਵਿੱਚ ਸੰਭਾਵਨਾ ਹੁੰਦੀ ਹੈ ਚੰਗੇ ਕਰੀਕੁਲਮ ਦੇ ਵਿੱਚ ਕਿ ਜਿਹੜੇ ਭਿੰਨ ਭਿੰਨ ਪ੍ਰਕਾਰ ਦੇ ਲਰਨਰ ਨੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਚੇਂਜਿਸ ਨੇ ਜਿਹੜੀਆਂ ਕੀਤੀਆਂ ਜਾ ਸਕਣ। ਫਿਰ ਹੈਗਾ ਰਿਫਲੈਕਟਸ ਐਜੂਕੇਸ਼ਨਲ ਫਿਲਾਸਫੀ, ਇਹਦੇ ਵਿੱਚੋਂ ਸਿੱਖਿਆ ਦਾ ਦਰਸ਼ਨ ਝਾਕਣਾ ਚਾਹੀਦਾ ਹੈ, ਰਿਫਲੈਕਸ਼ਨ ਪੈਣੀ ਚਾਹੀਦੀ ਆ, ਸਿੱਖਿਆ ਦਾ ਮੋਟਿਵ ਕੀ ਆ ਇਹ ਦਿਖਣਾ ਚਾਹੀਦਾ ਹੈ। ਦਾ ਕਰੀਕੁਲਮ ਇਜ਼ ਇਨਫਲੂਐਂਸਡ ਬਾਏ ਐਜੂਕੇਸ਼ਨਲ ਫਿਲਾਸਫੀ ਐਂਡ ਵੈਲਿਊਜ਼ ਆਫ ਦਾ ਇੰਸਟੀਟਿਊਸ਼ਨ ਔਰ ਐਜੂਕੇਟਰ ਡਿਵੈਲਪਿੰਗ ਇਟ। ਇਟ ਰਿਫਲੈਕਟਸ ਵਟ ਐਜੂਕੇਟਰਸ ਬਿਲੀਵ ਇਜ਼ ਇੰਪੋਰਟੈਂਟ ਫਾਰ ਸਟੂਡੈਂਟਸ ਟੂ ਲਰਨ। ਨੈਕਸਟ ਹੈਗਾ ਇਨਕਾਰਪੋਰੇਟਸ ਟੈਕਨੋਲੋਜੀ, ਟੈਕਨੋਲੋਜੀ ਨਾਲ ਲੈਸ ਹੋਣਾ ਚਾਹੀਦਾ। ਮਾਡਰਨ ਕਰੀਕੁਲਾ ਆਫਨ ਇੰਟੀਗ੍ਰੇਟ ਟੈਕਨੋਲੋਜੀ ਟੂ ਐਨਹਾਂਸ ਲਰਨਿੰਗ ਐਕਸਪੀਰੀਅੰਸਿਸ, ਪ੍ਰੋਵਾਈਡਿੰਗ ਸਟੂਡੈਂਟਸ ਵਿਦ ਐਕਸੈਸ ਟੂ ਇਨਫੋਰਮੇਸ਼ਨ, ਕਲੈਬੋਰੇਟਿਵ ਟੂਲਸ ਐਂਡ ਮਲਟੀਮੀਡੀਆ ਰਿਸੋਰਸਿਸ। ਤਾਂ ਚੰਗਾ ਕਰੀਕੁਲਮ ਆ ਜਿਹੜਾ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਇੰਟੈਗਰੇਸ਼ਨ ਹੋਣਾ ਚਾਹੀਦਾ ਹੈ। ਕਲਚਰਲ ਸੈਂਸਿਟੀਵਿਟੀ ਐਂਡ ਡਾਇਵਰਸਿਟੀ, ਗੁੱਡ ਕਰੀਕੁਲਮ ਰਿਕਗਨਾਈਜ਼ ਐਂਡ ਵੈਲਿਊ ਕਲਚਰਲ ਡਾਇਵਰਸਿਟੀ। ਸੱਭਿਆਚਾਰਕ ਭਿੰਨਤਾਵਾਂ ਨੇ ਜਿਹੜੀਆਂ
ਉਹਨਾਂ ਨੂੰ ਰੈਕਗਨਾਈਜ਼ ਕਰਨ ਵਾਲਾ ਹੋਣਾ ਚਾਹੀਦਾ ਹੈ। ਇਟ ਇਨਕਲੂਡਸ ਕੰਟੈਂਟ ਐਂਡ ਪਰਸਪੈਕਟਿਵਸ ਦੈਟ ਰਿਫਲੈਕਟ ਦਾ ਕਲਚਰਲ ਬੈਕਗਰਾਉਂਡਸ ਆਫ ਸਟੂਡੈਂਟਸ ਐਂਡ ਫੋਸਟਰ ਐਨ ਇਨਕਲੂਸਿਵ ਲਰਨਿੰਗ ਇਨਵਾਇਰਮੈਂਟ। ਤਾਂ ਕਲਚਰਲ ਸੈਂਸਿਟੀਵਿਟੀ ਗੁੱਡ ਕਰੀਕੁਲਮ ਦੀ ਨਿਸ਼ਾਨੀ ਆ। ਅਲਾਈਨਮੈਂਟ ਵਿਦ ਸਟੈਂਡਰਡਸ, ਕਰੀਕੁਲਾ ਆਰ ਆਫਨ ਡਿਜ਼ਾਈਨਡ ਟੂ ਅਲਾਈਨ ਵਿਦ ਐਜੂਕੇਸ਼ਨਲ ਸਟੈਂਡਰਡਸ ਸੈੱਟ ਬਾਈ ਗਵਰਨਮੈਂਟ ਬੋਡੀਜ਼ ਔਰ ਐਜੂਕੇਸ਼ਨਲ ਅਥਾਰਟੀਜ਼, ਅਨਸ਼ਿਓਰਿੰਗ ਅ ਲੈਵਲ ਆਫ ਕੰਸਿਸਟੈਂਸੀ ਐਂਡ ਕੁਆਲਿਟੀ। ਤਾਂ ਜਿਹੜਾ ਗੁੱਡ ਕਰੀਕੁਲਮ ਆ ਉਹਦੇ ਉਹ ਐਜੂਕੇਸ਼ਨਲ ਅਥਾਰਟੀਜ਼ ਅਤੇ ਗੌਰਮੈਂਟ ਦੇ ਨੋਮਸ ਦੇ ਅਕੋਰਡਿੰਗ, ਗੌਰਮੈਂਟ ਬੋਡੀ ਦੇ ਨੋਮ ਦੇ ਅਕੋਰਡਿੰਗ ਜਿਹੜਾ ਉਹ ਸਹੀ ਸਟੈਂਡਰਡ ਦਾ ਹੋਣਾ ਚਾਹੀਦਾ। ਅਡੈਪਟੇਬਿਲਟੀ ਨੈਕਸਟ ਇਹਦੀ ਕਰੈਕਟਰਿਸਟਿਕ ਆ। ਅਡੈਪਟੇਬਿਲਟੀ ਦੇ ਵਿੱਚ ਅਸੀਂ ਕਹਾਂਗੇ ਇਫੈਕਟਿਵ ਕਰੀਕੁਲਾ ਆਰ ਅਡੈਪਟੇਬਲ ਟੂ ਡਿਫਰੈਂਟ ਲਰਨਿੰਗ ਇਨਵਾਇਰਮੈਂਟਸ ਇਨਕਲੂਡਿੰਗ ਟਰਡੀਸ਼ਨਲ ਕਲਾਸਰੂਮਸ, ਔਨਲਾਈਨ ਸੈਟਿੰਗ ਐਂਡ ਹਾਈਬ੍ਰਿਡ ਮਾਡਲਸ। ਤਾਂ ਸਾਰਿਆਂ ਲਈ ਇਹ ਜਿਹੜਾ ਇਫੈਕਟਿਵ ਹੋਣਾ ਚਾਹੀਦਾ, ਅਡੈਪਟੇਬਿਲਟੀ ਦੀ ਵਿਸ਼ੇਸ਼ਤਾ ਇਹਦੇ ਵਿੱਚ ਹੋਣੀ ਚਾਹੀਦੀ ਆ। ਫਿਰ ਕੰਟੀਨਿਊਸ ਇੰਪਰੂਵਮੈਂਟ, ਲਗਾਤਾਰ ਇੰਪਰੂਵਮੈਂਟ ਕਰਨ ਵਾਲਾ ਹੋਣਾ ਚਾਹੀਦਾ ਹੈ, ਇਹਦੇ ਵਿੱਚ ਇੰਪਰੂਵਮੈਂਟ ਹੁੰਦੀ ਰਹਿਣੀ ਚਾਹੀਦੀ ਆ। ਆ ਰਿਫਲੈਕਟਿਵ ਐਂਡ ਰਿਸਪੋਂਸਿਵ ਕਰੀਕੁਲਮ ਇਨਵੋਲਵਸ ਔਨ ਗੋਇੰਗ ਇਵੈਲੂਏਸ਼ਨ ਐਂਡ ਐਡਜਸਟਮੈਂਟਸ ਬੇਸਡ ਔਨ ਫੀਡਬੈਕ, ਅਸੈਸਮੈਂਟ ਰਿਜ਼ਲਟਸ ਐਂਡ ਅਮਰਜਿੰਗ ਐਜੂਕੇਸ਼ਨਲ ਟ੍ਰੈਂਡਸ। ਇੰਟਰਡਿਸਿਪਲਿਨਰੀ ਕਨੈਕਸ਼ਨਸ, ਗੁੱਡ ਕਰੀਕੁਲਮ, ਸਮ ਕਰੀਕੁਲਾ ਐਨਕਰੇਜ ਇੰਟਰਡਿਸਿਪਲਿਨਰੀ ਕਨੈਕਸ਼ਨਸ, ਰਿਕਗਨਾਈਜ਼ਿੰਗ ਦੈਟ ਰੀਅਲ ਵਰਲਡ ਚੈਲੇਂਜਿਸ ਆਫਨ ਰਿਕੁਆਇਰ ਆ ਕੋਂਬੀਨੇਸ਼ਨ ਆਫ ਨੌਲੇਜ ਐਂਡ ਸਕਿੱਲਸ ਫਰੋਮ ਡਿਫਰੈਂਟ ਡਿਸਿਪਲਿਨਸ। ਨੈਕਸਟ ਇਹਦੀ ਵਿਸ਼ੇਸ਼ਤਾ ਹੈ ਅਕਾਊਂਟੇਬਿਲਟੀ ਐਂਡ ਟਰਾਂਸਪਰੈਂਸੀ। There is a clear understanding of the intended outcomes and stakeholders including students, educators and parents should have access to information about what is being taught and why. The accountability and transparency hai jehdi oh visheshta hai curriculum di. Understand these characteristics is crucial for educators, curriculum developers and policy makers to create meaningful and effective educational experience for learners. The curriculum serves as foundation for the entire educational process guiding the teaching and learning journey. ਤਾਂ ਇਹ ਸੀਗੀਆਂ ਕਰੀਕੁਲਮ ਦੀਆਂ ਵਿਸ਼ੇਸ਼ਤਾਵਾਂ, ਚੰਗੇ ਪਾਠਕ੍ਰਮ ਦੀਆਂ ਵਿਸ਼ੇਸ਼ਤਾਵਾਂ। ਤਾਂ ਬਣੇ ਰਹੋ ਚੈਨਲ ਦੇ ਨਾਲ, ਆਉਣ ਵਾਲੀ ਵੀਡੀਓ ਦੇ ਵਿੱਚ ਨੈਕਸਟ ਟੌਪਿਕ ਡਿਸਕਸ ਕਰਾਂਗੇ ਅਸੀਂ। ਕਰੀਕੁਲਮ ਦੇ ਵਿੱਚ ਸਾਡੇ ਕੋਲ 2-3 ਟੌਪਿਕ ਨੇ ਜਿਹੜੇ ਡਿਸਕਸ ਕਰਨ ਵਾਲੇ ਨੇ, ਪ੍ਰਿੰਸੀਪਲਸ, ਇਸ ਦਾ ਡਿਜ਼ਾਈਨ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।